ਝੱਜਾ ਉਰਜ ਸੁਰਜ ਨਹੀਂ ਜਾਣਾ ਰਿਹੋ ਝਜਕ ਨਾਹੀ ਪਰਵਾਨਾ। ਝੱਜਾ ਉਰਜੀ ਉਰਜੀ ਲਫ਼ਜ਼ ਹੈ, ਝੱਜਾ ਕਹਿੰਦਾ ਜਿਹੜੀ ਬੁੱਧੀ ਉਲਝੀ ਹੋਈ ਯਾਰ, ਜਿੰਨੀਆਂ ਮਤਾਂ ਨੇ ਸਭ ਉਲਝੀਆਂ ਹੋਈਆਂ ਨੇ, ਉਲਝੀਆਂ ਹੋਈਆਂ ਨੇ, ਉਹ ਆਪਣੇ ਆਪ ਸੁਲਝਣਾ ਨਹੀਂ ਜਾਣਦੀ ਹੁੰਦੀ। ਜੇ ਆਪਣੇ ਆਪ ਸੁਲਝਣਾ ਜਾਣਦੀ ਹੁੰਦੀ ਤਾਂ ਉਲਝਦੀ ਕਿਉਂ? ਸਵਾਲ ਦਿੱਤੇ ਮੈਥ ਦੇ ਕਲਾਸ ਦੇ ਵਿੱਚ ਕੱਢਣ ਨੂੰ, ਇੱਕ ਦੋ ਮੁੰਡਿਆਂ ਨੇ ਤਿਆਰ ਨੇ ਠੀਕ ਕਰ ਲਏ, ਜਿਨ੍ਹਾਂ ਨੇ ਗਲਤ ਕਰ ਲਏ ਉਹ ਆਪਣੇ ਆਪ ਠੀਕ ਨਹੀਂ ਕਰ ਸਕਦੇ। ਹੁਣ ਸਮਝਾਏ ਤੇ ਬਿਨਾਂ ਕਰ ਲੈਣਗੇ ਠੀਕ? ਨਹੀਂ ਕਰ ਸਕਦੇ। ਉਰਜੀ ਸੁਰਜ ਨਹੀਂ ਜਾਣਾ, ਸੁਲਝਣਾ ਨਹੀਂ, ਜੇ ਸੁਲਝਣਾ ਜਾਣਦੀ ਹੁੰਦੀ ਤਾਂ ਉਲਝ ਨਹੀਂ। ਜਿੰਨਾ ਮਰਜ਼ੀ ਉਹਨਾਂ ਨੂੰ ਟਾਈਮ ਸਾਰਾ ਦਿਨ ਬਿਠਾਲ ਰੱਖੋ, ਬਈ ਭਾਈ ਤੁਹਾਡਾ ਸਵਾਲ ਗਲਤ ਹੈ ਠੀਕ ਕਰਕੇ ਲਿਆਓ, ਕਦੇ ਨਹੀਂ ਲਿਆਉਂਦੇ। ਇਸ ਕਰਕੇ ਮੈਥ ਵਿੱਚ ਇਹ ਨਿਯਮ ਹੈ ਕਿ ਜਿਹੜਾ ਗਲਤ ਹੋ ਗਿਆ ਉਹਨੂੰ ਜਦੇ ਸਮਝਾ ਦਿਓ, ਟਾਈਮ ਵੇਸਟ ਨਾ ਕਰੋ। ਕਦੇ ਨਹੀਂ ਕਹਿੰਦੇ ਇਹਨੂੰ ਠੀਕ ਕਰਕੇ ਲਿਆ, ਕਿਉਂ ਟਾਈਮ ਵੇਸਟ ਹੋਊ? ਸ਼ਾਮ ਤੱਕ ਵੀ ਬਿਠਾ ਰੱਖੋ ਉਹਨੂੰ, ਉਹਦੇ ਦਾ ਹੀ ਚਲਿਆ ਜਾਊ, ਹੋਰ ਬੈਠਾ ਰਹੂ ਵਿਚਾਰਾ ਸੱਤੇ ਹੱਥ ਰੱਖ ਕੇ ਉਹਨੂੰ ਕਰੂਗਾ। ਅਤੇ ਟੀਚਰ ਵੀ ਨਹੀਂ ਟਾਈਮ ਵੇਸਟ ਕਰਦੇ, ਤਾਂ ਉਹੀ ਗੱਲ ਕਹਿ ਰਿਹਾ ਕਵੀ, ਟਾਈਮ ਵੇਸਟ ਕਰਨ ਦੀ ਲੋੜ ਨਹੀਂ ਹੈ। ਉਲਝਿਆ ਹੋਇਆ ਆਪਣੇ ਆਪ ਨਹੀਂ ਸੁਲਝਿਆ ਕਦੇ ਕੋਈ, ਇਹ ਮੈਥ ਦਾ ਤਰੀਕਾ ਹੈ, ਮੈਥ ਵਿੱਚ ਇਹੀ ਹੈ। ਸਾਇੰਸ ਵਾਲੇ ਖੋਜ ਕਰ ਲੈਂਦੇ ਨੇ, ਬੈਠੇ ਰਹਿੰਦੇ ਨੇ, ਸਾਇੰਸ ਵਾਲੇ ਖੋਜ ਕਰ ਲੈਂਦੇ ਨੇ, ਉਲਝੀਆਂ ਹੋਈਆਂ ਗੱਲਾਂ ਦੀ ਉਹ ਕਰ ਰਹੇ ਨੇ ਖੋਜ, ਮੈਥ ਵਿੱਚ ਨਹੀਂ ਹੁੰਦੀ ਹੈਗਾ। ਉਰਜ ਸੁਰਜ ਨਹੀਂ ਜਾਣਾ, ਝੱਜਾ ਉਰਜੀ ਸੁਰਜ ਨਹੀਂ ਜਾਣਾ ਰਿਹੋ ਝਜਕ ਨਹੀਂ ਪਰਵਾਨਾ। ਝੱਖ ਮਾਰ ਰਹੇ ਨੇ, ਹੋਰ ਹੋਰ ਗ੍ਰੰਥ ਲਿਖੀ ਜਾਂਦੇ ਨੇ, ਸਾਡੇ ਵਿਦਵਾਨ ਝੱਖ ਮਾਰ ਰਹੇ ਨੇ, ਝਜਕ ਝੱਖ ਝੱਖ ਬੋਲਣ ਕਿਆ ਜਗ ਸੋ ਬਾਅਦ। ਗਲਤ ਕਿਤਾਬਾਂ ਲਿਖੀਆਂ ਹੋਈਆਂ ਦੇ ਵਿੱਚੋਂ ਚਾਰ ਕਿਤਾਬਾਂ ਪੰਜਵੀਂ ਹੋਰ ਲਿਖਤੀ, ਗੱਡੇ ਕਿਤਾਬਾਂ ਦੇ ਵਾਰ ਫੜ ਕੇ ਟਰੱਕ ਕਿਤਾਬਾਂ ਦੇ ਯੂਨੀਵਰਸਿਟੀਆਂ 'ਚ ਲਿਖੇ ਪਏ ਨੇ, ਸਾਰੇ ਹੀ ਗਲਤ ਝੱਖ ਮਾਰਦੇ ਨੇ। ਜਿਹੜੇ ਝੱਖ ਮਾਰੇ ਨੇ ਵਿਦਵਾਨਾਂ ਦੇ, ਉਹਨਾਂ ਨੂੰ ਪੜ੍ਹਦੇ ਨੇ ਵੀ ਤੁਸੀਂ ਇਹਨਾਂ 'ਚੋਂ ਕੀ ਕੱਢੋਗੇ ਝੱਖ 'ਚੋਂ, ਪਹਿਲਾਂ ਹੀ ਪਤਾ ਜਾਂ ਝੱਖ ਹੈ ਇਹ, ਫਿਰ ਪੜ੍ਹੀ ਜਾਂਦੇ ਨੇ ਉਹਨਾਂ ਨੂੰ। ਔਰ ਉਹਨਾਂ ਗੁਰਮਤ ਨੂੰ ਸਮਝਣ ਵਾਸਤੇ ਮਨਮਤਾਂ ਨੂੰ ਪੜ੍ਹ ਰਹੇ ਨੇ ਯੂਨੀਵਰਸਿਟੀਆਂ 'ਚ, ਵੀ ਉੱਥੋਂ ਮਨਮਤਾਂ 'ਚੋਂ ਗੁਰਮਤ ਨੂੰ ਤੁਸੀਂ ਠੀਕ ਕਰ ਲਓਗੇ। ਇਸਲਾਮ ਪੜ੍ਹ ਲਿਆ ਫਲਾਨਾ, ਤੁਸੀਂ ਉਹ ਜੋ ਕੀ ਲੱਭੋਗੇ, ਜੋ ਸਵਾਲ ਹੈ ਗਲਤ ਹੈ, ਗਲਤੀ ਕਿੱਥੇ ਕੀਤੀ ਉਹਨੇ ਕਿੱਥੇ, ਤੁਸੀਂ ਕੀ ਲੈਣਾ ਠੀਕ ਕੀ ਹੈ ਉਹਨੂੰ ਜਵਾਬ ਦੱਸ ਦਿਓ ਭਾਈ, ਉਹਦਾ ਦਰੁਸਤ ਕਰ ਦਿਓ। ਗੁਰਬਾਣੀ ਨੇ ਉਹਨਾਂ ਮਤਾਂ ਨੂੰ ਦਰੁਸਤ ਕੀਤਾ, ਇੱਥੋਂ ਤੇਰੀ ਗਲਤੀ ਹੈ ਆ ਠੀਕ ਕਰ ਲਓ, ਤੁਸੀਂ ਗਲਤ ਨੂੰ ਪੜ੍ਹ ਰਹੇ ਹੋ, ਗਲਤ ਕਰਨੇ ਸਿੱਖੇ ਨੇ। ਸਵਾਲ ਵੀ ਕਿਸ ਤਰੀਕੇ ਨਾਲ ਮੈਂ ਗਲਤ ਕਰ ਸਕਦਾ, ਕੀ ਸਿੱਖ ਰਹੇ ਨੇ, ਕੀ ਸਿਖਾ ਰਹੇ ਨੇ, ਵੀ ਇੰਨੇ ਤਰੀਕੇ ਨਾਲ ਗਲਤ ਕੀਤਾ ਜਾ ਸਕਦਾ ਸਵਾਲ ਇਹ। ਜੇ ਤਾਂ ਗਲਤ ਕਰਨਾ ਫਿਰ ਤਾਂ ਉਹ ਮਤਾਂ ਪੜ੍ਹ ਲਓ, ਜੇ ਸਵਾਲ ਕੱਢਣਾ ਠੀਕ ਵੀ ਠੀਕ ਸਿੱਖ ਲਓ, ਵੀ ਠੀਕ ਕਿਵੇਂ ਕੱਢੀ ਦਾ, ਬਸ ਉਹਦਾ ਹੱਲ ਜਿਹੜਾ ਉਹ ਸਿੱਖ ਲਓ, ਹੱਲ ਕੀ ਹੈ, ਇੱਕੋ ਚੀਜ਼ ਸਿੱਖਣ ਦੀ ਲੋੜ ਹੈ, ਹੱਲ ਹੈ ਕੀ। ਆਪਣੇ ਆਪ ਸੁਲਝਿਆ ਨਹੀਂ ਜਾ ਸਕਦਾ ਜਿਹੜਾ ਉਲਝਿਆ ਹੋਇਆ, ਅੱਛਾ ਹੀ ਨਾ ਕੋਈ ਸੁਲਝਿਆ। ਇਸ ਕਰਕੇ ਕਹਿੰਦੇ ਨੇ ਗੁਰਦੇਵ ਦੀ ਲੋੜ ਹੈ, ਗਿਆਨ ਦੀ ਲੋੜ ਹੈ, ਗੁਰੂ ਗਿਆਨ ਦੀ ਲੋੜ ਹੈ, ਗੁਰਬਿਨ ਗਿਆਨ ਨਾ ਹੋਏ। ਜਿਹੜੇ ਉਲਝੇ ਹੋਏ ਸੀ, ਗੁਰੂ ਅੰਗਦ ਦੇਵ ਉਲਝੇ ਹੋਏ ਸੀ, ਲੋੜ ਪਈ ਨਾ, ਗੁਰੂ ਅਮਰਦਾਸ ਉਲਝੇ ਹੋਏ ਸੀ, ਲੋੜ ਪਈ ਨਾ, ਉਹਨਾਂ ਨੇ ਪਿਛਲਾ ਛੱਡਤਾ ਪਰ ਤਾਂ ਉਹ ਆਏ ਕਾਮਯਾਬ ਹੋਏ। ਸਾਡੇ ਕੋਲ ਦੋ ਮਿਸਾਲਾਂ ਹੈਗੀਆਂ ਘਰ 'ਚ, ਕਿਤੇ ਹੋਰ ਦੇਖਣ ਦੀ ਲੋੜ ਹੈ ਨਹੀਂ। ਹਾਂਜੀ, ਕਦ ਝੱਖ ਝੱਖ ਔਰ ਨੂੰ ਸਮਝਾਵਾਂ, ਝਗਰ ਕੀਏ ਝਗਰੋ ਹੀ ਪਾਵਾ। ਸਾਡੇ ਵੀ ਝੱਖ ਮਾਰਦੇ ਨੇ ਗੁਰਦੁਆਰੇ, ਜੋਰ ਕੀ ਕਰਦੇ ਨੇ ਯੂਨੀਵਰਸਿਟੀ ਵਾਲੇ ਵਿਦਵਾਨ, ਝੱਖੇ ਮਾਰਦੇ ਨੇ ਕਿਤਾਬਾਂ ਲਿਖਦੇ ਨੇ, ਆ ਝੱਖ ਕਿਆ ਹੋਇਆ, ਝੱਖ ਬੋਲਣ ਕਿਆ ਜੱਗ ਸੋ ਬਾਅਦ, ਸੰਸਾਰੀ ਲੋਕਾਂ ਨਾਲ ਜੱਗ ਨਾਲ ਬੋਲਣਾ ਝੱਖ ਮਾਰਨਾ। ਜਿਹੜਾ ਆਦਮੀ ਸਰੀਰ ਨਾਲ ਜੁੜਿਆ ਹੋਇਆ ਬਾਹਰ, ਉਹਦੇ ਨਾਲ ਬੋਲਣਾ ਝੱਖ ਮਾਰਨਾ, ਗੁਰਬਾਣੀ ਦੀ ਗੱਲ ਉਹਦੇ ਨਾਲ ਕਰਨੀ ਹੋਣੀ ਚਾਹੀਦੀ, ਅਤੇ ਝੱਖ ਮਾਰਨ ਵਾਲੀ ਗੱਲ। ਤੁਸੀਂ ਕਿੱਥੇ ਆਤਮਾ ਦੇ ਲੈਵਲ 'ਤੇ ਖੜ੍ਹੇ ਹੋ, ਉਹ ਸਰੀਰ ਦੇ ਲੈਵਲ 'ਤੇ ਖੜ੍ਹਾ, ਉਹਦੇ ਨਾਲ ਬੋਲਣ ਦਾ ਝੱਖ ਮਾਰਨਾ, ਜੱਗ ਹੈ ਨਾ ਉਹ, ਜੱਗ ਲਾ ਉਹ ਵਰਤਿਆ, ਜੱਗ ਸਰੀਰ ਨਾਲ ਆਉਂਦਾ,
ਆਤਮਾ ਦੇ ਲੈਵਲ ਤੇ ਜੱਗ ਹੁੰਦਾ ਹੀ ਨਹੀਂ। ਨਿਰਾਕਾਰੀ ਦੁਨੀਆਂ ਦੀ ਗੱਲ, ਸਰੀਰ ਨਾਲ ਜੁੜਿਆ ਆਦਮੀ ਕਿਵੇਂ ਉਹਦੇ ਨਾਲ ਕਿਵੇਂ ਡਿਸਕਸ ਕਰੋਗੇ ਤੁਸੀਂ? ਕੀਤੀ ਨਹੀਂ ਜਾ ਸਕਦੀ। ਚੱਕ ਬੋਲਣ ਕਿਆ ਜੱਗ ਸੂ ਬਾਅਦ ਚੱਕ ਚੱਕ ਔਰ ਨੇ ਸਮਝਾਵਾ ਝਗੜ ਕੀ ਝਗੜੋ ਹੀ ਪਾਵਾ। ਉਹ ਤਾਂ ਝਗੜਾ ਹੈ ਆਪਸ ਵਿੱਚ ਹੀ, ਝਗੜ ਕੀ ਉਹ ਝਗੜਾ ਹੀ ਪਾਵਾ। ਇਹ ਬਹਿਸ ਦਾ ਵਿਸ਼ਾ ਚੱਕ ਮਾਰਨ ਵਾਲਿਆਂ ਨੇ ਧਰਮ ਨੂੰ ਬਹਿਸ ਦਾ ਵਿਸ਼ਾ ਬਣਾਇਆ ਹੋਇਆ। ਚੱਕ ਮਾਰਨ ਵਾਲਿਆਂ ਨੇ ਵਿਚਾਰ ਦਾ ਵਿਸ਼ਾ ਨਹੀਂ ਬਣਾਇਆ ਧਰਮ ਨੂੰ, ਬਹਿਸ ਦਾ ਵਿਸ਼ਾ ਬਣਾਇਆ। ਬਹਿਸ ਦਾ ਪੰਡਿਤ ਨੇ ਔਰ ਮੁੱਲਾ ਨੇ, ਪੰਡਿਤ ਮੁੱਲਾ ਛਾਡੇ ਦਊ ਤਾਂ ਕਬੀਰ ਕਹਿ ਰਿਹਾ। ਉਹਨੇ ਵਿਚਾਰਿਆ ਤਾਂ ਦੋਵੇਂ ਚੱਖ ਮਾਰਦੇ ਨੇ, ਦੂਜਿਆਂ ਨੂੰ ਚੱਖ ਮਾਰ ਸਮਝਾ ਰਹੇ ਨੇ ਚੱਖ ਮਾਰ ਕੇ। ਸਾਡੇ ਕੀ ਹੋ ਰਿਹਾ? ਚੱਖ ਮਾਰਦੇ ਨੇ। ਜਦ ਸਾਡੇ ਕੋਲ ਹੱਲ ਸਹੀ ਨਹੀਂ ਹੈ ਨਾ, ਜਿਹਨੂੰ ਦਰਸ਼ਨ ਸਹੀ ਨਹੀਂ ਹੋਇਆ ਹੋਇਆ, ਸਹੀ ਪਤਾ ਨਹੀਂ ਇੱਕ ਕੀ ਹੈ, ਉਹ ਚੱਖ ਮਾਰੂਗਾ ਜੇ ਉਹ ਗੁਰਬਾਣੀ ਦਾ ਪ੍ਰਚਾਰ ਕਰੂਗਾ। ਜਿਹਨੂੰ ਖੁਦ ਕਲੀਅਰ ਨਹੀਂ ਇੱਕ, ਉਹ ਗੁਰਬਾਣੀ ਦਾ ਪ੍ਰਚਾਰ ਕਰੂ ਤੇ ਚੱਖ ਮਾਰੂਗਾ। ਚੱਖੇ ਵੱਜ ਰਹੀ ਹੈ, ਹੋਰਾਂ ਨੂੰ ਸਮਝਾ ਰਹੇ ਨੇ, ਚੱਖ ਮਾਰ ਰਹੇ ਨੇ। ਚਾਹੇ ਉਹ ਸੰਤ ਨੇ, ਚਾਹੇ ਉਹ ਵਿਦਵਾਨ ਨੇ, ਚਾਹੇ ਉਹ ਮਸਕੀਨ ਸੀ, ਚਾਹੇ ਹੋਰ ਕੁਕੀਨ ਸੀ, ਚਾਹੇ ਅਫੀਮ ਸੀ, ਰਾੜੇ ਵਾਲਾ ਅਫੀਮ ਸੀ ਨਾ, ਸੰਤਾਂ ਚੋਂ ਕੋਈ ਕੁਕੀਨ ਵੀ ਹੋਣੇ ਨੇ, ਇੰਨਾ ਪੈਸਾ ਹੋਰ ਕਿੱਥੋਂ ਹੋਣਾ ਲੋਕ? ਮਸਕੀਨ ਨਾ ਫੀਮ ਸੀ ਨਾ ਕੁਕੀਨ ਸੀ, ਉਹ ਇੰਨਾ ਗੱਲ ਠੀਕ ਹੈ। ਇਹ ਦੋਹਾਂ ਤੋਂ ਪਰੇ ਸੀ, ਉਹ ਵਿਦਵਾਨ ਜ਼ਰੂਰ ਸੀ ਪਰ ਪੂਰਾ ਨਹੀਂ ਸੀ, ਉਹ ਇੱਥੋਂ ਬਚਿਆ ਹੋਇਆ ਸੀ। ਹਾਂ, ਇਹ ਉਹ 'ਚ ਇੰਨੀ ਖੂਬੀ ਸੀ, ਉਹ 'ਚ ਨਾ ਅਫੀਮ ਸੀ ਨਾ ਕੁਕੀਨ ਸੀ, ਉਹ ਦੋਹਾਂ ਤੋਂ ਬਚਿਆ ਹੋਇਆ ਸੀ। ਇੱਧਰ ਨਹੀਂ, ਇੱਧਰ ਤਾਂ ਸਭ ਕੁਛ ਹਜਮ ਹੈ। ਇਸੇ ਕਰਕੇ ਸਿਆਸਤਦਾਨਾਂ ਤੋਂ ਪਰੇ ਰਿਹਾ। ਜਿਹੜਾ ਆਦਮੀ ਸਿਆਸਤਦਾਨਾਂ ਦੇ ਨੇੜੇ ਆ ਗਿਆ, ਅਫੀਮ ਔਰ ਕੁਕੀਨ ਦੋਵੇਂ ਹੁੰਦੇ ਨੇ, ਉਹ 'ਚ ਉਹ ਪਰੇ ਰਿਹਾ। ਰਾਣੇ ਕੋਲ ਆਲੇ ਕੋਲ ਆ ਜਾਂਦਾ ਸੀ, ਜਲਸੋ ਵੀ ਆ ਜਾਂਦਾ ਸੀ, ਉਹ ਨਹੀਂ, ਇਹ ਦੂਰ ਰਹਿੰਦਾ ਸੀ ਮੁਸਕੀਨ, ਸਾਧਾਦਾਨਾਂ ਤੋਂ ਦੂਰ। ਬਸ ਮਤਲਬ ਹੈ ਨਹੀਂ ਕੋਈ, ਥੋੜ੍ਹਾ ਜ਼ੋਰ ਲਾ ਹਟਿਆ ਵੀ ਤੂੰ ਇੱਧਰ ਆ ਜਾ, ਕਹਿੰਦਾ ਨਾ ਮੈਨੂੰ ਨਹੀਂ ਲੋੜ ਹੈ, ਤੁਸੀਂ ਕੱਲ੍ਹ ਨੂੰ ਕਹੋਗੇ ਐਂ ਨਹੀਂ ਐਂ ਬੋਲ, ਤੁਸੀਂ ਤਾਂ ਕੱਲ੍ਹ ਨੂੰ ਐਂ ਕਹੋਗੇ ਵੀ ਐਂ ਨਹੀਂ ਐਂ ਬੋਲ। ਗੁਰਬਾਣੀ ਨਹੀਂ ਬਰਦਾਸ਼ਤ ਕਰਦੀ ਇਹ ਗੱਲ, ਗੁਰਬਾਣੀ ਤਾਂ ਸੱਚ ਹੈ, ਤੁਹਾਨੂੰ ਸੱਚ ਕਿੱਥੇ, ਤੁਹਾਨੂੰ ਸੱਚ ਪਾਉਣਾ ਨਹੀਂ, ਮੈਂ ਸੱਚ ਕਹਿਣ ਤੋਂ ਹਟਣਾ ਨਹੀਂ, ਆਪਣੀ ਗੱਲ ਬਣਨੀ ਨਹੀਂ ਗਾਹਾਂ ਜਾ ਕੇ, ਜੇ ਗਾਹਾਂ ਜਾ ਕੇ ਨਹੀਂ ਬਣਨੀ, ਆਪਾਂ ਨੂੰ ਪਤਾ ਹੈ ਬਾਬਾ ਰਿਸ਼ਤਾ ਜੋੜੀਏਗਾ ਤੇ ਭਾਈ ਸਾਡੀ ਨਿਭਣੀ ਨਹੀਂ ਜ਼ਿੰਦਗੀ। ਦੇਖੋ ਨਾ, ਜਿਹੜੇ ਘਰਾਂ ਨਾਲ ਆਪਾਂ ਨੂੰ ਪਤਾ ਵੀ ਆ ਕੁੜੀ ਮੁੰਡੇ ਦੀ ਨਿਭਣੀ ਨਹੀਂ, ਉੱਥੇ ਰਿਸ਼ਤਾ ਕਰਦਾ ਕੋਈ? ਸਿਆਣਾ ਬੰਦਾ ਤਾਂ ਕਰਦਾ ਹੀ ਨਹੀਂ। ਭਾਈ ਇਹ ਹੈਗੇ ਨੇ ਰਾਧਾ ਸਵਾਮੀ, ਆਪਾਂ ਗੁਰਸਿੱਖ, ਆਪਣੀ ਕਿਵੇਂ ਨਹੀਂ ਬੁਝੇ ਰਹਿਣਾ, ਇੱਦਾਂ ਨਹੀਂ ਕਰਦੇ ਹੁੰਦੇ। ਉਹ ਸਿਆਣਾ ਸੀਗਾ, ਉਹਨੇ ਕਹਿਣਾ ਮੇਰੀ ਨਿਭਣੀ ਤੋਂ ਲੈਣੀ, ਠੀਕ ਹੈ ਮੈਂ ਇੱਦਾਂ ਹੀ ਠੀਕ ਹਾਂ। ਤਾਂ ਹੀ ਬਾਅਦ ਦੇ ਵਿੱਚ ਉਹਨੂੰ ਪੰਦਰਾਂ ਦਿਨ ਦਾ ਦਿੱਤਾ ਇਹਨਾਂ ਨੇ, ਪਹਿਲਾਂ ਤਾਂ ਦਿੱਤਾ ਨਹੀਂ, ਉਹ ਇਹਨਾਂ ਦੀ ਪਰਵਾਹ ਨਹੀਂ ਸੀ ਕਰਦਾ। ਹਾਂਜੀ।